IPL 2023 ਦੇ ਵਿੱਚ ਸ਼ੁਭਮਨ ਗਿੱਲ ਦਾ ਬੱਲਾ ਕਾਫੀ ਕਰਿਸ਼ਮਾ ਦਿਖਾ ਰਿਹਾ ਹੈ। IPL ਦੇ ਵਿੱਚ ਗੁਜਰਾਤ ਟਾਈਟਨਸ ਲਈ ਖੇਡ ਰਹੇ ਸ਼ੁਭਮਨ ਗਿੱਲ ਨੇ ਹੁਣ ਤੱਕ 13 ਮੈਚਾਂ ਦੇ ਵਿੱਚ 576 ਰਨਸ ਬਣਾਏ ਨੇ, ਜਿਸ ਕਾਰਨ ਉਹ ਸੁਰਖੀਆਂ ਦੇ ਵਿੱਚ ਨੇ। ਪਰ ਮੈਚ ਦੌਰਾਨ ਸ਼ੁਭਮਨ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੜਕ ਦੇ ਵਿਚਕਾਰ ਪੈਦਲ ਚੱਲ ਰਹੇ ਨੇ ਅਤੇ ਅਚਾਨਕ ਅਜੀਬੋ ਗਰੀਬ ਕੰਮ ਕਰਦੇ ਦਿਖਾਈ ਦਿੰਦੇ ਨੇ। ਸ਼ੁਭਮਨ ਗਿੱਲ ਦੀ ਇਸ ਵੀਡੀਓ ਨੂੰ ਦੇਖ ਕੇ ਫੈਨਸ ਉਸ ਨੂੰ ਦੇਸੀ ਸਪਾਈਡਰਮੈਨ ਕਹਿ ਰਹੇ ਨੇ। ਦਰਅਸਲ ਵੀਡੀਓ ਦੇ ਵਿੱਚ ਸੈਰ ਕਰਦੇ ਹੋਏ ਸ਼ੁਭਮਨ ਗਿੱਲ ਅਚਾਨਕ ਸਾਹਮਣੇ ਵਾਲੀ ਕਾਰ ਦੀ ਛੱਤ ਤੇ ਚੜ ਜਾਂਦੇ ਨੇ ਤੇ ਪੋਜ਼ ਦੇਣਾ ਸ਼ੁਰੂ ਕਰ ਦਿੰਦੇ ਨੇ। ਆਪ ਪਹਿਲਾਂ ਦੇਖ ਲੈਂਦੇ ਆ ਸ਼ੁਭਮਨ ਗਿੱਲ ਦੀ ਇਹ ਵੀਡੀਓ। IPL ਦੇ ਵਿੱਚ ਗੁਜਰਾਤ ਟਾਈਟਨਸ ਦੇ ਖਿਡਾਰੀ ਸ਼ੁਭਮਨ ਗਿੱਲ ਦਾ ਇਹ ਵੀਡੀਓ ਪੇਪਰਾਜ਼ੀ ਦੁਆਰਾ ਸ਼ੇਅਰ ਕੀਤਾ ਗਿਆ। ਦਰਅਸਲ ਸ਼ੁਭਮਨ ਗਿੱਲ ਫਿਲਮ ਸਪਾਈਡਰਮੈਨ ਦੀ ਪ੍ਰੋਮੋਸ਼ਨ ਲਈ ਪਹੁੰਚੇ ਸਨ, ਜਿੱਥੇ ਉਹ ਕਾਰ ਤੇ ਚੜ ਕੇ ਸਪਾਈਡਰਮੈਨ ਦੇ ਵਾਂਗ ਪੋਜ਼ ਦਿੰਦੇ ਨਜ਼ਰ ਆਏ। ਸ਼ੁਭਮਨ ਗਿੱਲ ਦੇ ਇਸ ਵੀਡੀਓ ਦੇ ਕਮੈਂਟ ਕਰਦੇ ਹੋਏ ਫੈਨਸ ਲਿਖ ਰਹੇ ਨੇ ਕਿ ਹੁਣ ਸ਼ੁਭਮਨ ਨੂੰ ਬਾਲੀਵੁੱਡ ਦੇ ਵਿੱਚ ਡੈਬਿਊ ਕਰਨਾ ਚਾਹੀਦਾ ਹੈ। ਦੱਸਿਆ ਕਿ ਕ੍ਰਿਕਟ ਦੇ ਨਾਲ ਨਾਲ ਸ਼ੁਭਮਨ ਗਿੱਲ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ। ਸ਼ੁਭਮਨ ਗਿੱਲ ਦਾ ਨਾਮ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਦੇ ਨਾਲ ਲੰਬੇ ਸਮੇਂ ਤੋਂ ਜੋੜਿਆ ਜਾ ਰਿਹਾ ਹੈ। ਦੋਵਾਂ ਨੂੰ ਅਕਸਰ ਇਕੱਠੇ ਵੀ ਦੇਖਿਆ ਜਾਂਦਾ ਸੀ, ਪਰ ਸਾਰਾ ਤੇ ਸ਼ੁਭਮਨ ਦੋਵਾਂ ਨੇ ਆਪਣੇ ਰਿਸ਼ਤੇ ਦੀਆਂ ਖਬਰਾਂ ਤੇ ਛੁਪੀਤਾਰੀ ਹੋਈ ਹੈ। ਸ਼ੁਭਮਨ ਗਿੱਲ ਤੇ ਮਨੋਰੰਜਨ ਜਗਤ ਦੇ ਸੰਬੰਧਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਫਿਲਮ ਸਪਾਈਡਰਮੈਨ ਦੇ ਹਿੰਦੀ ਸੰਸਕਰਨ ਨੂੰ ਆਪਣੀ ਆਵਾਜ਼ ਦਿੱਤੀ ਹੈ। ਸਾਰਾ ਅਲੀ ਖਾਨ ਦੀ ਗੱਲ ਕਰੀਏ ਤਾਂ ਹਾਲੇ ਵਿੱਚ ਉਹਨਾਂ ਦੀ ਫਿਲਮ ਜ਼ਰਾ ਹਟ ਕੇ ਜ਼ਰਾ ਬਚ ਕੇ ਦਾ ਟ੍ਰੇਲਰ ਰਿਲੀਜ਼ ਹੋਇਆ। इस फिल्म ਦੇ ਵਿੱਚ ਸਾਰਾ ਅਲੀ ਖਾਨ ਦੇ ਨਾਲ ਵਿਕੀ ਕੌਸ਼ਲ ਨਜ਼ਰ ਆਉਣਗੇ। ਫਿਲਹਾਲ ਆਓ ਇੱਕ ਵਾਰ ਫਿਰ ਤੋਂ ਦੇਖ ਲੈਂਦੇ ਹਾਂ ਸ਼ੁਭਮਨ ਗਿੱਲ ਦੀ ਇਹ ਤਾਜ਼ਾ ਸਪੌਟਡ ਵੀਡੀਓ।